ਤੁਸੀਂ ਉਹ ਜੋ ਐਕਸਪੀਰੀਅੰਸ ਸ਼ੋਅ ਕੀਤਾ ਹੋਇਆ ਹੈ, ਐਕਸਪੀਰੀਅੰਸ ਜਿਹੜਾ ਰੈੱਡ ਸੀ ਲਈ, ਹਾਂਜੀ ਉਹ ਇੱਕ ਵਾਰ ਦੁਬਾਰਾ ਦੱਸੋਗੇ? ਮੇਰੇ ਖਿਆਲ ਕਿਉਂਕਿ ਕਲੈਰਿਟੀ ਨਹੀਂ ਹੈ ਉਹਨਾਂ ਨੂੰ ਐਕਸਪੀਰੀਅੰਸ ਦੀ, ਕਿੱਥੇ ਕਿੱਥੇ ਤੁਸੀਂ ਕੰਮ ਕਰ ਚੁੱਕੇ ਹੋ? ਐਕਸਪੀਰੀਅੰਸ ਸਰ ਪਹਿਲਾਂ ਗੁਰੂ ਨਾਨਕ ਆਟੋਮੋਬਾਈਲ ਕੰਮ ਕੀਤਾ ਸੀ, ਆਪਣੀ ਵਰਕਸ਼ਾਪ ਸੀਗੀ ਲੁਧਿਆਣੇ ਦੇ ਵਿੱਚ ਹੀ, ਅੱਛਾ 2004 ਤੋਂ ਲੈ ਕੇ 2008 ਤੱਕ। ਤੇ ਫਿਰ 8 ਤੋਂ ਬਾਅਦ ਜੁਆਇਨ ਕੀਤੀ ਕੰਪਨੀ ਸ਼ੈਵਰਲੈਟ, 8 ਤੋਂ ਲੈ ਕੇ 12 ਤੱਕ ਅਸੀਂ ਉੱਥੇ ਰਹੇ ਕੰਪਨੀ ਦੇ ਵਿੱਚ, ਠੀਕ ਹੈ ਜੀ। ਫਿਰ 12 ਤੋਂ ਬਾਅਦ 12 ਤੋਂ ਫਿਰ ਮੈਂ ਸਿੰਗਾਪੁਰ ਚਲੇ ਗਿਆ ਸੀ, ਸਿੰਗਾਪੁਰ ਵੀ ਸ਼ੈਵਰਲੈਟ ਸੀਗੇ। ਤੇ ਉਸ ਤੋਂ ਬਾਅਦ ਫਿਰ ਲੀਬੀਆ ਗਿਆ, ਲੀਬੀਆ 'ਚ ਵੋਕਸਵੈਗਨ ਐਂਡ ਆਡੀ ਡੀਲਰਸ਼ਿਪ ਸੀਗੀ, ਉੱਥੇ ਜੋਬ ਕੀਤੀ ਜੀ। ਉਸ ਤੋਂ ਬਾਅਦ ਫਿਰ ਦੁਬਾਰਾ ਵਾਪਸ ਆਇਆ 2014 ਦੇ ਵਿੱਚ, ਫਿਰ ਜੁਆਇਨ ਕੀਤੀ ਸ਼ੈਵਰਲੈਟ ਪਦਮ ਮੋਟਰ ਲੁਧਿਆਣੇ। ਫਿਰ ਉਸ ਤੋਂ ਬਾਅਦ ਹੁਣ ਮੈਂ ਕਰੰਟਲੀ ਅਸ਼ੋਕ ਲੇਲੈਂਡ 'ਚ ਹਾਂ ਜੀ, ਲਾਸਟ 3 ਈਅਰਸ ਤੋਂ। ਕਿੰਨੇ ਸਾਲ ਹੋ ਗਏ ਟੋਟਲ ਕੰਮ ਕਰਦੇ ਹੋਏ? ਟੋਟਲ ਸਰ 16 ਈਅਰਸ ਹੋ ਗਏ, 16 ਸਾਲ ਹੋ ਗਏ। ਆਟੋਮੋਟਿਵ ਮਕੈਨਿਕ ਦਾ ਕੰਮ ਕਰਦੇ ਹੋਏ? ਹਾਂਜੀ ਹਾਂਜੀ ਹਾਂਜੀ। ਇਹ ਤੁਸੀਂ ਕਿੱਥੋਂ ਸਿੱਖਿਆ ਸਾਰਾ ਐਜੂਕੇਸ਼ਨ? ਤੁਸੀਂ ਕੋਈ ਡਿਪਲੋਮਾ ਕੀਤਾ ਸੀ ਜਾਂ ਉੱਦਾਂ ਹੀ ਆਪਣਾ ਹੌਲੀ ਹੌਲੀ ਆਪਣਾ ਔਨ ਦਾ ਜੋਬ ਸਿੱਖ ਗਏ? ਔਨ ਦਾ ਜੋਬ ਹੀ ਸਿੱਖਿਆ ਸਰ, ਜੋਬ ਦਾ ਸਿੱਖ ਸਿੱਖਦੇ ਸਿੱਖਦੇ ਫਿਰ ਇੱਕ ਟ੍ਰੇਡ ਸਰਟੀਫਿਕੇਸ਼ਨ ਹੁੰਦੀ ਹੈ ਜਿਹੜੀ ਗਵਰਨਮੈਂਟ ਦੀ, ਉਹ ਨਾਲ ਦੇ ਨਾਲ ਕਰੀ ਗਏ ਜੀ ਫਿਰ। ਓਕੇ, ਤੋ SINP ਪ੍ਰੋਫਾਈਲ ਕਦੋਂ ਲਗਾਈ ਹੈ ਤੁਸੀਂ? ਇਹ ਸਰ ਲਗਾਈ ਸੀ 2018 ਦੇ ਵਿੱਚ ਜੀ, 18 'ਚ ਲਗਾਈ ਸੀਗੀ, ਬਟ ਉਹ 19 'ਚ ਐਕਸਪਾਇਰ ਹੋ ਗਈ ਸੀਗੀ। ਫਿਰ 19 'ਚ ਦੁਬਾਰਾ ਫਿਰ ਉਹਨਾਂ ਨੂੰ ਮੇਲ ਕਰਕੇ ਦੁਬਾਰਾ ਰੀਨਿਊ ਕਰਾ ਲਈ ਸੀਗੀ। ਮਤਲਬ ਜੁਲਾਈ ਤੱਕ ਮੇਰੇ ਖਿਆਲ ਨਾਲ ਹੈਗੀ ਹੈ ਜੀ, ਜੁਲਾਈ ਤੱਕ ਪਈ ਹੈ, ਜੁਲਾਈ 2020 ਤੱਕ। ਜਿਹੜਾ ਇੱਕ ਲਾਸਟ ਇੱਕ ਈਮੇਲ ਆਇਆ ਸੀ ਨਾ ਕਿ ਉਹ ਐਕਸਪਾਇਰ ਨਹੀਂ ਹਾਂਜੀ ਹੋਇਆ, ਹਾਂਜੀ ਯੂ ਹੈਵ ਟੂ ਰੀਨਿਊ, ਮਤਲਬ ਇਟ ਹੈਜ਼ ਬੀਨ ਡਨ। ਹਾਂਜੀ, ਐਕਚੁਅਲੀ ਉਹ ਮੈਂ ਉਹਨੂੰ ਰੀਨਿਊ ਕੀਤਾ ਸੀਗਾ, ਬਟ ਜਿਹੜੀ ਉਹਦੀ ਐਕਸਪਾਇਰੀ ਡੇਟ ਸੀ ਉਹ ਫਿਰ ਵੀ ਪਿਛਲੀ ਦਿਖਾ ਰਿਹਾ ਸੀ ਉਹ 19 ਦੀ। ਆਈ ਨੋ ਇਟਸ ਜਸਟ ਹੋਰਿਬਲ। ਸੋ ਉਹਦੇ ਵਿੱਚ ਤੁਸੀਂ ਮੇਰੇ ਖਿਆਲ 20 ਪੁਆਇੰਟਸ ਕਲੇਮ ਕੀਤੇ ਨਾ ਰੈੱਡ ਸੀਲ। ਰੈੱਡ ਸੀਲ ਦਾ ਪਰਪਸ ਇਹੀ ਹੈ ਕਿ 20 ਪੁਆਇੰਟਸ ਤੁਹਾਨੂੰ ਹਾਂਜੀ ਹਾਂਜੀ ਮਿਲ ਕੇ, ਹਾਂਜੀ ਹਾਂਜੀ, ਅਦਰਵਾਈਜ਼ ਉਹ ਫਿਰ ਤੁਹਾਡੇ ਜਿਹੜੇ 61 ਪੁਆਇੰਟਸ ਹੈ ਉੱਥੇ ਕ੍ਰੋਸ ਨਹੀਂ ਕਰਨਾ ਸ਼ਾਇਦ। ਕਰੈਕਟ ਕਰੈਕਟ, ਨਹੀਂ ਤਾਂ ਮੇਰੇ 41 ਹੀ ਮੰਨ ਰਹੇ ਨੇ ਸਰ, ਮੈਂ ਐਲੀਜੀਬਲ ਨਹੀਂ ਹਾਂ ਜੀ ਉਹਦੇ ਲਈ। ਉੱਥੋਂ ਮਤਲਬ ਤੇ ਤੁਹਾਨੂੰ ਤੁਹਾਨੂੰ ਕਿਹਨਾਂ ਨੇ ਦੱਸਿਆ ਇਹ SINP ਦੇ ਬਾਰੇ? ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ SINP ਦੇ ਬਾਰੇ? ਇਹ ਸਰ ਇੱਥੇ ਸੀਗੇ ਮੇਰੇ ਕੁਲੀਗ ਨੇ ਇੱਥੇ ਨਾ ਲੁਧਿਆਣੇ, ਤੇ ਉਹਨਾਂ ਨੇ ਇੱਕ ਵਾਰੀ ਪ੍ਰੋਫਾਈਲ ਲਗਾਈ ਸੀਗੀ, ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਐਸਾ ਕਰਾਂ, ਮੈਂ ਇਸ ਤਰ੍ਹਾਂ ਕਰ ਲਾ। ਮੈਂ ਫਿਰ 2018 ਵਿੱਚ ਸ਼ੁਰੂ ਕੀਤਾ ਸੀ ਪ੍ਰੋਸੈਸ, 2017 ਦੇ ਵਿੱਚ ਸੋਰੀ। ਉਹ ਫਿਰ ਉਹਨਾਂ ਨੂੰ ਮੇਲ ਕੀਤੀ, ਆਪਣੇ ਐਕਸਪੀਰੀਅੰਸ ਸਰਟੀਫਿਕੇਟ ਭੇਜੇ ਸਾਰੇ, ਹੈ ਨਾ। ਉਹ ਫਿਰ ਸਾਰਾ ਪ੍ਰੋਸੈਸ ਚੱਲਿਆ ਸੀ ਜੀ, ਪੁੱਛ ਪੁੱਛ ਕੇ ਇੱਧਰ ਉੱਧਰੋਂ ਕਿਸੇ ਪਾਸਿਓਂ। ਠੀਕ ਹੈ, ਅਤੇ ਕਿਉਂਕਿ ਇੱਕ ਉਹਨਾਂ ਨੇ ਚਿੱਠੀ ਮੰਗੀ ਹੈ ਮੈਨੂੰ ਤੋਂ ਕਿ ਬਈ ਪਲੀਜ਼ ਐਕਸਪੀਰੀਅੰਸ ਆਪਣਾ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕੁਆਲੀਫਾਈ ਕਰਦਾ ਵੀ, ਕਿਉਂਕਿ ਰੈੱਡ ਸੀਲ ਐਗਜ਼ਾਮੀਨੇਸ਼ਨ ਲਈ ਮੇਰੇ ਖਿਆਲ ਹੈ ਉਹਨਾਂ ਨੂੰ 6 ਈਅਰਸ ਦਾ ਚਾਹੀਦਾ। 6 ਈਅਰਸ ਦਾ 5 ਈਅਰਸ ਹੈ, 5 ਈਅਰਸ ਨਹੀਂ ਹੈ ਜੀ, 5 ਈਅਰ 6 ਈਅਰ ਦਾ, ਫਾਈਵ ਟੂ 6 ਈਅਰਸ ਦਾ ਚਾਹੀਦਾ ਉਹਨਾਂ ਨੂੰ ਕੁਆਲੀਫਾਈਂਗ ਐਕਸਪੀਰੀਅੰਸ ਟੂ ਮੂਵ ਫਾਰਵਰਡ। ਲੇਕਿਨ ਉਹਨਾਂ ਨੂੰ ਮੈਂ ਦੱਸਿਆ ਹੋਇਆ ਕਿ ਵੀ ਤੁਸੀਂ ਤਾਂ ਆਲਰੇਡੀ ਕੁਆਲੀਫਾਈ ਕਰ ਚੁੱਕੇ ਹੋ, ਬਿਕੋਜ਼ ਦੇ ਹੈਵ ਆਲਰੇਡੀ ਚੈੱਕ ਦਾ ਐਕਸਪੀਰੀਅੰਸ, ਤਾਂ ਹੀ ਤਾਂ ਉਹਨਾਂ ਨੂੰ ਤੁਹਾਨੂੰ ਇਨਵਾਈਟ ਕੀਤਾ ਟੈਸਟ ਲਈ। ਅਤੇ ਇਹ ਆਖਰੀ ਟੈਸਟ ਹੈ, ਆਖਰੀ ਡੇਟ ਹੈ ਮੇਰੇ ਖਿਆਲ, ਇਸ ਤੋਂ ਅਗਾਂਹ ਉਹਨਾਂ ਨੇ ਫਿਰ ਸਕੈਜੂਲ ਨਹੀਂ ਕਰਨਾ ਦੁਬਾਰਾ, ਕਰੈਕਟ? ਹਾਂਜੀ, ਇਹ ਤੋਂ ਕਿਉਂਕਿ ਪਹਿਲਾਂ ਹੀ ਸਰ ਮੈਂ 3 ਵਾਰ ਸ਼ਡਿਊਲ ਰੀਸ਼ਡਿਊਲ ਕਰ ਚੁੱਕਿਆ ਹਾਂ ਜੀ। 3 ਵਾਰ ਕਰ ਚੁੱਕੇ, ਅਤੇ ਵੀਜ਼ਾ ਕਿੰਨੀ ਵਾਰ ਅਪਲਾਈ ਕਰ ਚੁੱਕੇ ਹੋ? ਵੀਜ਼ਾ ਸਰ ਮੈਂ ਜੀ 6 ਵਾਰ ਰਿਫਿਊਜ਼ ਹੋ ਗਿਆ ਜੀ। 6 ਵਾਰ ਰਿਫਿਊਜ਼ ਹੋ ਗਿਆ? ਹਾਂਜੀ ਹਾਂਜੀ। ਵਾਓ, ਦੈਟ ਇਜ਼ ਮਾਈ ਗੋਡ, ਇਹ ਸੌਰੀ ਹੈ ਸਰ ਇਹ। ਹਾਂਜੀ, ਡਬਲ ਐਡ੍ਰਿਕ ਹੈ ਜੀ, ਡਬਲ ਐਡ੍ਰਿਕ ਹਰ ਮੈਂ, ਸਾਨੂੰ ਪਤਾ ਹੀ ਹੈ। 6 ਵਾਰ ਰਿਫਿਊਜ਼ ਹੋ ਗਏ। ਤੁਸੀਂ ਤੁਸੀਂ ਉਹਨਾਂ ਦੀ ਵੀਡੀਓ ਦੇਖੀ ਸੀ ਨਾ? ਮੇਰੇ ਖਿਆਲ ਗੁਰਵਿੰਦਰ ਸਿੰਘ ਸੀ ਸਿੰਗਾਪੁਰ ਵਾਲੇ, ਜਿਨ੍ਹਾਂ ਦਾ ਵੀਜ਼ਾ ਲੱਗਿਆ ਸੀ, ਉਹਨਾਂ ਦੇ ਥਰੂ ਹੀ ਤੁਹਾਡਾ ਮੈਨੂੰ ਕੰਟੈਕਟ ਮਿਲਿਆ ਸੀਗਾ, ਉਹਨਾਂ ਦੇ ਥਰੂ ਹੀ ਮੈਂ ਉਹਨਾਂ ਦੀ ਵੀਡੀਓ ਦੇਖੀ ਸੀ, ਤਾਂ ਹੀ ਮੈਂ ਤੁਹਾਡੇ ਨਾਲ ਅਟੈਚ ਹੋਇਆ ਜੀ। ਕਿਉਂਕਿ ਉਹ ਮੈਂ ਯੂਟਿਊਬ 'ਤੇ ਸਰਚ ਕਰਦਾ ਰਹਿੰਦਾ ਸੀਗਾ ਰੈੱਡ ਸੀਲ ਐਗਜ਼ਾਮ ਵੀਜ਼ਾ, ਗੂਗਲ 'ਤੇ ਰੈੱਡ ਸੀਲ ਐਗਜ਼ਾਮ ਵੀਜ਼ਾ, ਬਹੁਤ ਜਣੇ ਦੀ ਵੀਡੀਓ ਦੇਖੀਆਂ ਨੇ, ਬਟ ਲੱਗਿਆ ਨਹੀਂ ਕਿਸੇ ਦੇ ਵਿੱਚ ਦਮ। ਕੋਈ ਕਹਿੰਦਾ ਜੀ 1 ਲੱਖ ਰੁਪਏ ਜਮ੍ਹਾਂ ਕਰਾ ਦਿਉ, ਦੇਖ ਲਾਂਗੇ, ਕੋਈ ਕਹਿੰਦਾ 2 ਲੱਖ ਜਮ੍ਹਾਂ ਕਰਾ ਦਿਉ, ਮਤਲਬ ਕਿਤੇ ਪਾਸੇ ਹੋਇਆ ਨਹੀਂ ਸੀ ਕੰਮ ਜੀ। 1 ਲੱਖ ਰੁਪਏ ਜਮ੍ਹਾਂ ਕਰਾ ਦਿਉ, ਦੇਖ ਲਾਂਗੇ, ਫਿਰ 2 ਲੱਖ ਕਰਾ ਦਿਉ, ਦੇਖ ਲਾਂਗੇ। ਐਕਚੁਲੀ ਉਹਨਾਂ ਨੂੰ ਪਤਾ ਨਹੀਂ ਸਰ ਰੈੱਡ ਸੀਲ ਐਗਜ਼ਾਮ ਹੈ ਕੀ ਜੀ, ਮੈਂ ਉਰੇ ਲੁਧਿਆਣੇ ਕਾਫੀ ਵਾਰ ਦਿਖਾਇਆ ਉਹਨਾਂ ਨੂੰ, ਉਹ ਕਹਿੰਦੇ ਜੀ ਨਹੀਂ ਤੁਹਾਨੂੰ ਨਹੀਂ ਵੀਜ਼ਾ, ਤੁਹਾਨੂੰ ਤਾਂ ਮਿਲਣਾ ਨਹੀਂ ਜੀ ਵੀਜ਼ਾ, ਰੈੱਡ ਸੀਲ ਦੇ ਲਈ ਤਾਂ ਬੜੀ ਕੁਆਲੀਫਿਕੇਸ਼ਨ ਚਾਹੀਦੀ ਹੁੰਦੀ ਹੈ, ਡਿਗਰੀ ਡਿਪਲੋਮਾ ਚਾਹੀਦਾ ਹੁੰਦਾ। ਮੈਂ ਕਿਹਾ ਯਾਰ ਐਕਚੁਅਲ 'ਚ ਰਿਕੁਆਇਰਮੈਂਟ ਤਾਂ ਉਹਨਾਂ ਦੀ ਗੂਗਲ 'ਤੇ ਸਾਈਟ 'ਤੇ ਕੁਛ ਹੋਰ ਹੈ। ਉਹ ਕਹਿੰਦੇ ਜੀ ਨਹੀਂ 15,000 ਰੁਪਏ ਦੇ ਦਿਉ। ਮੈਂ ਈਵਨ ਦਿੱਲੀ ਦੇ ਵਿੱਚ ਬੜੀ ਵਧੀਆ ਤੁਹਾਡੇ ਨਾਲ ਵੀ ਗੱਲ ਹੋਈ ਸੀਗੀ, ਬੜੀ ਅੱਛੀ ਕੰਸਲਟੈਂਸੀ ਹੈ ਦਿੱਲੀ ਦੇ ਵਿੱਚ, ਮੈਂ ਨਾਮ ਨਹੀਂ ਲੈਣਾ ਚਾਹੂੰਗਾ। ਹਾਂਜੀ ਹਾਂਜੀ, ਉਹ ਕਹਿੰਦੇ ਜੀ ਤੁਹਾਡਾ ਤਾਂ ਵੱਟ ਤੇ ਪਿਆ ਜੀ, ਕਰਵਾ ਦੇਵਾਂਗੇ ਜੀ। ਮੈਂ ਕਿਹਾ ਬੜਾ ਖੁਸ਼ ਹੋਇਆ ਜੀ, ਮੈਂ ਕਿਹਾ ਠੀਕ ਹੈ ਜੀ ਫਿਰ ਕਰਵਾ ਦਿਉ, ਫਿਰ ਹੋਰ ਕੀ ਚਾਹੀਦਾ ਹੈ ਨਾ ਜੀ। ਫਿਰ ਬਟ ਹੋਇਆ ਨਹੀਂ ਜੀ, ਬੜਾ ਕੰਮ ਖਰਾਬ ਹੋ ਰਿਹਾ ਜੀ ਹੁਣ, ਜੇ ਕਿਉਂਕਿ
ਇੰਨੀ ਵਾਰ ਟਰਾਈ ਕਰ ਲਈ, ਹੁਣ ਤਾਂ ਮੈਂ ਥੱਕ ਚੁੱਕਿਆ ਜੀ, ਹੁਣ ਨਹੀਂ ਟਰਾਈ ਕਰ ਸਕਦਾ ਜੀ। ਇੰਨੀ ਵਾਰ ਟਰਾਈ, ਚੰਗੇ ਹੁੰਦੇ ਨੇ ਸਾਰੇ, ਇੰਨੀ ਵਾਰ, ਇੰਨੀ ਵਾਰ ਟਰਾਈ ਕਰ ਲਿਆ ਤੁਸੀਂ ਥੱਕ ਗਏ ਹੋ ਤੇ ਹੁਣ ਟਰਾਈ ਨਹੀਂ ਕਰਨਾ, ਵਾਹ 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 ਕਮਾਲ ਹੋ ਗਿਆ ਹੈ। ਤੇ ਬਾਕੀ ਬਾਕੀ ਤੁਸੀਂ ਮਤਲਬ ਹੁਣ ਅਗਰ ਜੇ ਸਪੋਜ਼ ਅਗਰ ਆਪਾਂ PR ਦੀ ਫਾਈਲ ਕਰ ਦਈਏ ਡਾਇਰੈਕਟਲੀ ਤੁਹਾਡੇ ਪੁਆਇੰਟਸ ਲੈ ਕੇ, ਅਗਰ ਜੇ ਨਹੀਂ ਹੋਣਾ ਤਾਂ ਨਹੀਂ ਹੋਣਾ ਤੇ ਰਹਿੰਦੇ ਹੀ ਆਪਾਂ, ਉਸ ਨੇ ਕੀ ਕਰਨਾ। ਬਟ ਸਰ ਉਹ ਐਲੀਜੀਬਿਲਿਟੀ ਨਹੀਂ ਬਣਨੀ ਜੀ ਫਿਰ ਜਦੋਂ ਤੱਕ ਰੈੱਡ ਸੀਲ ਐਗਜ਼ਾਮ ਨਹੀਂ ਦੇ ਪਾਵਾਂਗੇ। ਅੱਛਾ 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 ਉਹਨਾਂ ਨੂੰ ਤਾਂ ਰੈੱਡ ਸੀਲ ਐਗਜ਼ਾਮ ਚਾਹੀਦਾ ਨਾ। ਮੈਂ ਉਹਨਾਂ ਨੂੰ ਮੇਲ ਕੀਤੀ ਸੀ ਕਿ ਮੇਰੇ ਕੋਲ ਅਪਰੂਵਲ ਲੈਟਰ ਹੈਗੀ ਹੈ, ਉਹ ਕਹਿੰਦੇ ਸਾਨੂੰ ਅਪਰੂਵਲ ਲੈਟਰ ਨਾਲ ਕੋਈ ਲੈਣਾ ਦੇਣਾ ਨਹੀਂ, ਸਾਨੂੰ ਸਰਟੀਫਿਕੇਟ ਚਾਹੀਦਾ ਤੁਹਾਡਾ। ਸਹੀ ਹੈ ਸਹੀ ਹੈ ਸਹੀ। ਚਲੋ 6 ਵਾਰ, 6 ਵਾਰ ਰਿਫਿਊਜ਼ ਹੋ ਗਿਆ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ, ਵੀਜ਼ਾ ਅਫਸਰ ਨੂੰ ਮੈਂ ਲਿਖਿਆ ਹੋਇਆ ਕਿ ਬਈ ਕੁਆਲੀਫਾਈਂਗ ਤੇ ਤਾਂ ਬੰਦਾ ਹੈ, ਦੇਖ ਲਓ ਬਾਕੀ। ਚਲੋ ਉਹਨਾਂ ਨੇ ਮੈਸੇਜ ਤੁਹਾਨੂੰ ਦਿੱਤਾ ਹੈ, ਦੇਖੋ ਜਿਹੜਾ ਮੈਸੇਜ ਆਇਆ, ਉਹਨਾਂ ਨੇ ਮੈਸੇਜ ਇੱਕ ਆਇਆ ਉੱਥੋਂ ਐਮਬੈਸੀ ਤੋਂ, ਚੈੱਕ ਕਰੋ ਜਰਾ ਆਪਣੇ ਆਪਣੇ ਜਿਹੜੇ ਵਟਸਐਪ 'ਤੇ ਚੈੱਕ ਕਰੋ ਜਰਾ। ਹਾਂਜੀ ਹਾਂਜੀ ਸਰ, ਇੱਕ ਮਿੰਟ ਜੀ। ਸਰ ਕੋਈ ਮੈਸੇਜ ਆਇਆ ਹੈ ਵੈਸੇ ਤੋਂ? ਇਹਦੇ ਵਿੱਚ ਲਿਖਿਆ ਜੀ ਆਨਲਾਈਨ ਪਾਸਪੋਰਟ ਰਿਕੁਐਸਟ ਲਿਖੀ ਹੋਈ ਹੈ ਇਹਦੇ ਵਿੱਚ 5 ਤਰੀਕ ਦਾ। ਸਰ ਜੀ ਆਨਲਾਈਨ ਪਾਸਪੋਰਟ ਰਿਕੁਐਸਟ ਤੇ ਉਹਨਾਂ ਨੂੰ ਵੀ ਮਿਲਦੀ ਹੈ ਜਿਨ੍ਹਾਂ ਦਾ ਵੀਜ਼ਾ ਲੱਗ ਜਾਂਦਾ ਹੈ। ਸਹੀ ਗੱਲ ਹੈ, ਮਜ਼ਾਕ ਤਾਂ ਨਹੀਂ ਕਰ ਰਹੇ ਸਰ? ਸਰ ਜੀ ਤੁਹਾਡੇ ਸਾਹਮਣੇ ਹੈ, ਚਿੱਠੀ ਹੈ, ਐਮਬੈਸੀ ਤੋਂ ਆਈ ਹੈ, ਮੈਂ ਤਾਂ ਚਿੱਠੀ ਘਰੋਂ ਬਣਾਈ ਨਹੀਂ। ਸੌਂਹ ਖਾਓ ਸਰ। ਸਰ ਜੀ ਤੁਹਾਡੀ ਸੌਂਹ ਹੈ ਗੁਰੂ ਨਾਨਕ ਦੀ ਸੌਂਹ, ਕਿਹਦੀ ਦੱਸੋ, ਕਿਹਦੀ ਕਿਹਦੀ ਸੌਂਹ ਖਾਈ ਹੈ? ਇਹ ਐਮਬੈਸੀ ਤੋਂ ਆਈ ਹੈ ਚਿੱਠੀ, ਪਰਮਾਤਮਾ ਦੇ ਰੰਗ ਨਿਆਰੇ ਆ ਜੀ। ਸਰ ਜੀ ਇਹ ਨਹੀਂ ਪਤਾ ਲੱਗਦਾ ਕਿ 2 ਦਿਨ ਪਹਿਲਾਂ ਕੀ ਹੋਇਆ, ਅੱਜ ਕੀ ਹੋਣਾ। ਤੇ ਤੁਹਾਡੇ ਸਾਹਮਣੇ ਹੀ ਲਿਖਿਆ ਹੋਇਆ ਕਿ ਓਰੀਜਨਲ ਪਾਸਪੋਰਟ ਰਿਕੁਐਸਟ ਹੈ ਕਿ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਕਰ ਦਿਓ, ਤੁਹਾਡਾ ਵੀਜ਼ਾ ਦੇਣ। ਤੁਸੀਂ 6 ਵਾਰ ਰਿਫਿਊਜ਼ ਹੋ ਚੁੱਕੇ ਹੋ, ਹੁਣ ਤੁਹਾਨੂੰ ਹੋਰ ਉਡੀਕ ਕਰਨ ਦੀ ਲੋੜ ਨਹੀਂ ਹੈ, ਤੁਸੀਂ ਹੁਣ ਕੈਨੇਡਾ ਚੱਲੇ ਹੋ ਅਗਲੇ ਮਹੀਨੇ। ਸਹੀ ਗੱਲ ਹਰਮਨ ਜੀ। ਹਾਂਜੀ ਹਾਂਜੀ ਕਮਲ ਜੀ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਯੈਸ ਯੈਸ ਯੈਸ, ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਵੈਰੀ ਮਚ ਸਰ। ਚਲੋ ਦੇਰ ਆਏ ਦਰੁਸਤ ਆਏ, ਹੈ ਨਾ, ਤੁਹਾਡੀ ਪੇਸ਼ੈਂਸ ਦੀ ਰੰਗ ਲਿਆਈ। ਨਹੀਂ ਸਰ, ਮੈਨੂੰ ਤਾਂ ਅੰਮ੍ਰਿਤ ਸਰ ਦੀ ਰੰਗ ਲਿਆਈ ਹੈ, ਕਿਉਂਕਿ ਕੀ ਦੱਸੀ ਤੁਹਾਨੂੰ ਹੁਣ, ਸਰ ਤਾਂ ਇਮੋਸ਼ਨਲ ਹੋ ਗਏ। 6 ਵਾਰ ਰਿਫਿਊਜ਼ਲ, ਆਈ ਵਾਸ ਥਿੰਕਿੰਗ ਮੇ ਬੀ 4 ਵਾਰ ਹੋਇਆ ਸਰ, ਬਟ ਆਈ ਡੋਂਟ ਰਿਮੈਂਬਰ। ਛੇ ਵਾਰ ਮੈਨੂੰ ਗਿਣਤੀ ਭੁੱਲ ਗਈ ਜੀ, ਗਿਣਤੀ ਭੁੱਲ ਗਿਆ। ਹਰ ਵਾਰ ਲੱਗਦਾ ਸੀ ਮਹੀਨੇ ਬਾਅਦ ਮੈਂ ਲਾ ਆਉਂਦਾ ਸੀਗਾ। ਇਟ ਇਜ਼ ਕੁਆਇਟ, ਮੈਨੂੰ ਹਜੇ ਵੀ ਸਰ ਵਿਸ਼ਵਾਸ ਨਹੀਂ ਹੋ ਰਿਹਾ ਜੀ, ਕਿਉਂਕਿ ਪਰਸੋਂ ਤਾਂ ਆਪਣੀ ਗੱਲ ਹੋਈ ਹੈ, ਤੁਸੀਂ ਇੰਨੀ ਜਲਦੀ ਕਿਵੇਂ ਲੱਗ ਗਿਆ ਜੀ ਇਹ? ਮੈਂ ਦੁਬਾਰਾ ਵੇਖ ਲਾਂ ਇੱਕ ਵਾਰੀ। ਤੁਸੀਂ ਅਗਰ ਹੁਕਮ ਕਰੋ ਤਾਂ ਕਹਿ ਦੇਣੇ ਕੈਂਸਲ ਕਰਾ ਦੇਣੇ, ਕਹਿੰਦੇ ਲੋੜ ਨਹੀਂ ਹੈ ਕਮਲ ਨੂੰ। ਨਹੀਂ ਨਹੀਂ ਸਰ, ਕਮਾਲ ਦੀ ਗੱਲ ਕਰਤੀ ਜੀ, ਮੈਨੂੰ 13 ਸਾਲ ਹੋ ਗਏ ਇਹਦੇ ਪਿੱਛੇ ਫਿਰਦਿਆਂ ਨੂੰ। ਦੇਖੋ ਦੇਖੋ, ਮੈਂ ਇਹ ਸਾਰੀ ਮਿਹਨਤ ਹੈ ਹਰਮਿੰਦਰ ਸਿੰਘ ਦੀ, ਜਿਨ੍ਹਾਂ ਨੇ ਫਾਈਲ ਤੁਹਾਡੀ ਤਿਆਰ ਕਰਕੇ ਮੈਨੂੰ ਦਿੱਤੀ। ਮੇਰਾ ਕੰਮ ਹੈ ਸਿਰਫ ਸਬਮਿਟ ਕਰਨਾ, ਮੇਰਾ ਹੋਰ ਕੋਈ ਕੰਮ ਨਹੀਂ ਹੈ। ਨਹੀਂ ਨਹੀਂ ਸਰ, ਐਕਚੁਅਲੀ ਸਬਮਿਟ ਤਾਂ ਸਾਰੇ ਕਰਦੇ ਨੇ ਜੀ, ਸਬਮਿਟ ਤਾਂ ਹੁਣ 6 ਵਾਰੀ ਪਿਛਲੀ ਵਾਰੀ ਕੀਤਾ ਸੀ, ਐਡੀ ਵੱਡੀ ਵੱਡੀ ਅੱਛੇ ਅੱਛੇ ਲੈਟਰਾਂ ਲਿਖ ਕੇ ਲਗਾਈਆਂ ਸੀਗੀਆਂ, ਬਟ ਨੋ ਰਿਸਪੋਂਸ ਸਰ, ਫਰਕ ਇਹ ਵੀ ਪੈਂਦਾ ਵੀ ਸਬਮਿਟ ਕੌਣ ਕਰ ਰਿਹਾ। ਹਾਂ ਇਹ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਜੀ, ਇਹ 'ਚ ਮਿਹਨਤ ਹੈ ਜਿਹੜੀ ਸਰ ਦੀ, ਮੈਂ ਟੋਟਲੀ ਜਿਹੜਾ ਕ੍ਰੈਡਿਟ ਹੈ ਸਰ ਦੇ ਕੋਲ ਜਾਊਗਾ ਇਸ ਚੀਜ਼ ਦਾ, ਠੀਕ ਹੈ ਨਾ। ਹਰਮਨ ਸਰ ਨੇ ਬਹੁਤ ਮਿਹਨਤ ਕੀਤੀ ਹੈ, ਕਿਉਂਕਿ ਇਹਨਾਂ ਨੇ ਜਿੰਨੇ ਵੀ ਡਾਕੂਮੈਂਟਸ ਸਾਰੇ ਮੈਨੂੰ ਇੱਕ ਇੱਕ ਵਾਰੀ ਕਰਕੇ ਮੈਥੋਂ ਵੈਰੀਫਾਈ ਕਰਵਾਏ ਕਿ ਯਾਰ ਆ ਵੀ ਭੇਜੋ, ਆ ਵੀ ਭੇਜੋ। ਆਲਸੋ ਥੈਂਕਫੁਲ ਟੂ ਹਰਮਨ ਸਰ ਆਲਸੋ। ਯੂ ਆਰ ਵੈਲਕਮ, ਤੁਸੀਂ ਖੁਸ਼ ਹੋ ਜਾਓ, ਹੁਣ ਬਸ ਟਿਕਟ ਬੁੱਕ ਕਰਾਓ ਤੇ ਚੱਲੀਏ ਆਪਾਂ। ਅਰੇ ਤਿੰਨ ਮਤਲਬ ਆਪਣੀ 4 ਤਰੀਕ ਨੂੰ ਗੱਲ ਹੋਈ ਹੈ ਜੀ ਹਜੇ, ਹੈ ਨਾ ਆਪਣੀ, ਕਿਉਂਕਿ 3-4 ਤਰੀਕ ਤਾਂ ਆਪਣਾ ਲਾਇਆ ਨਹੀਂ ਸੀ ਆਪਣੀ ਰਿਪੋਰਟ ਦੇ ਵਿੱਚ। ਅਮਰਜੋਤ ਸਰ, ਡੂ ਯੂ ਰਿਮੈਂਬਰ ਹਿਮ ਔਨ ਲਾਸਟ ਸੰਡੇ? ਹੀ ਵਾਸ ਆਸਕਿੰਗ ਕਿ ਮੇਰਾ ਵੀਜ਼ਾ ਤੁਸੀਂ ਹਜੇ ਫਾਈਲ ਨਾ ਕਰਨਾ। ਔਰ ਸਰ ਨੇ ਮੈਨੂੰ 2 ਦਿਨ ਪਹਿਲਾਂ, ਮੈਂ ਤੁਹਾਨੂੰ ਰਿਪੀਟ ਕਰਦਿਆਂ, ਜੋ ਤੁਹਾਡੇ ਜਿਹੜੇ ਇਸ ਫਾਈਲ ਦੀ ਖੂਬੀਆਂ ਹੈ, ਜੇ ਤੁਹਾਨੂੰ ਸ਼ਾਇਦ ਯਾਦ ਆ ਜਾਏਗਾ, ਰਿਫਰੈਸ਼ ਹੋ ਜਾਏਗਾ। ਅਸੀਂ ਮਿਲੇ ਸੀ ਜੁਲਾਈ ਅਗਸਤ ਵਿੱਚ, ਮੈਂ ਆਇਆ ਸੀ ਲੁਧਿਆਣੇ, ਤੁਸੀਂ ਮਿਲਣ ਆਏ ਸੀ ਮੈਨੂੰ ਚੰਡੀਗੜ੍ਹ, ਸੋਰੀ ਚੰਡੀਗੜ੍ਹ, 12,000 ਦੇ ਕੇ ਤੁਸੀਂ ਆਏ ਸੀ ਮੇਰੇ ਖਿਆਲ। ਤੇ ਨੋਰਮਲੀ ਮੈਂ ਕੇਸ ਲੈਣਾ ਨਹੀਂ ਲੋਕਾਂ ਦਾ, ਜਦ ਯੂ ਨੋ ਆਈ ਟਰਾਈ ਟੂ ਬੀ ਵੈਰੀ ਸਿਲੈਕਟਿਵ ਕਿ ਕਿਸ ਦਾ ਕੇਸ ਕਰਨਾ ਨਹੀਂ ਕਰਨਾ, ਲੇਕਿਨ ਜਿਹੜੇ ਰੈੱਡ ਸੀਲ ਵਾਲੇ ਹੈ, ਰੈੱਡ ਸੀਲ ਵਾਲੇ ਨਾਲ ਮੈਨੂੰ ਖਾਸ ਇੱਕ ਪ੍ਰੇਮ ਹੈ, ਕਿਉਂਕਿ ਰੈੱਡ ਸੀਲ ਵਾਲੇ ਆਪ ਮਿਹਨਤੀ ਹੁੰਦੇ ਆ, ਉਹਨਾਂ ਦੇ ਕੁਆਲੀਫਿਕੇਸ਼ਨ ਹੁੰਦੀ ਹੈ, ਜਿਹੜੇ ਹੁਣ ਮਕੈਨਿਕ ਹੈ, ਇਲੈਕਟ੍ਰੀਸ਼ੀਅਨ ਹੈ, ਕਾਰਪੈਂਟਰ ਹੈ, ਵਟ ਐਵਰ, ਯੂ ਨੋ ਦੇ ਆਰ ਆਲ ਲਿਸਟ ਆਫ ਰੈੱਡ, ਜਿਹੜੇ ਰੈੱਡ ਸੀਲ ਅਪਲਾਈ ਕਰਦੇ ਹੈ। ਸੋ ਰੈੱਡ ਸੀਲ ਵਾਲਿਆਂ ਨੂੰ ਮੈਨੂੰ ਕੁਛ ਖਾਸ ਅੰਦਰੋਂ ਇੱਕ ਲਗਾਵ ਹੁੰਦਾ ਹੈ, ਕਿਉਂਕਿ ਉਹ ਮਿਹਨਤ ਕਰਕੇ ਆਪਣਾ ਇੱਕ ਇਨੀਸ਼ੀਏਟਿਵ ਲੈ ਕਰ
एक अप्रोच करके इनविटेशन लेटर मंगा रहे हैं। सो मेरा काम तां ही शुरू होंदा है जब तुहाडे कोल एक रिटन टेस्ट दा एक आ जाए कि रिटन टेस्ट देना, उस तो पहला मेरा कोई रोल ही नहीं है। सो मैं इस चीज़ नूं चैलेंज वांगू लैंदा कि अगले दा रिटन टेस्ट दा इनविटेशन आया है तो उन्हों वीज़ा एम्बेसी दे रही है क्यों नहीं दे रही है, मतलब कि दो बार तीन बार तुहाडे ते 6 बार रिफ्यूज़ हो गया, तो मैनू अंदरों एक एक हॉल दा पैंदा है कि भी ये इन्हां नूं वीज़ा क्यों नहीं मिल रहा, इन्हों आपां चैलेंज वांगू लियांगे। टेंशन ना लो भी दो बार जो हो जाएगा तो तीसरी बार मेंटली प्रिपेयर हो जाऊंगा मैं। मैं मेरे दिमाग आया मैं यार वीजा सर तां कह रहे ने जिवें भी घर दे विच बैठे होंदे ने सर वो भी एक्चुअली मेरी चाल है, तुहानूं मैं दसदा चाल तुहानूं दसदा की है कि हर एक क्लाइंट नूं मैं मेंटली मैं कहना कि भाई तुसीं तैयार रहो तुहाडा वीज़ा रिफ्यूज़ होएगा, मतलब कि मन के चलो एक दो बार रिफ्यूज़ होना कोई बड़ी गल नहीं, क्योंकि इन्हें जब 6 बार रिफ्यूज़ हो गया तो एक बार होर रिफ्यूज़ हो जाएगा, मन के चलो कि तुहाडे बैकग्राउंड वीज़ा ऑफिसर नूं इंप्रेस नहीं कर रहा। सो व्हाट आई वॉन्ट इज एक्चुअली पीपल शुड हैव कॉन्फिडेंस इन मी, मतलब कि अगर जे मैं मतलब मैनू लग्या कि केस लेना चाहिए तो मैं मतलब उन्हों उदा मैं साथ नहीं छड़ांगा, भावें एक बार दो बार तीन बार जिन्नी बार भी एज मच एज पॉसिबल उन्हों अप्लाई करना पे तो मैं मतलब कि आई विल बी सपोर्टिंग द एप्लीकेशन। सो बाकी तुहाडे केस विच मैनू आप हैरानी है कि तुहाडी फाइल लगी सी 3 तरीक नूं 3 मार्च नूं, क्योंकि मेरे को तो रसीद है ना सारी, मैं इत्थे ये अब शो हो रहा सारा मेरे को सारा है, 3 तरीक नूं तुहाडी फाइल लगी है ते 5 मार्च नूं आफ्टर 2 डेज आफ्टर 48 डेज उन्होंने कहा कि ओके गिव मी द पासपोर्ट एंड देन वील गेट टू द वीज़ा। सो आई एम सरप्राइज, दिस इज़ अ रिकॉर्ड इन माई लाइफ, आई हैव डन थाउजेंड्स ऑफ एप्लीकेशन इन द पास्ट 20 ईयर्स, आई कैन टेल यू दिस इज योर ओन पर्सनल रिकॉर्ड ते कि विद इन टू डेज जिहड़ी एप्लीकेशन 6 बार रिफ्यूज़ हो चुकी है विदिन 2 डेज उन्होंने पासपोर्ट रिक्वेस्ट मंगा ली। दिस इज पासपोर्ट रिक्वेस्ट मतलब वीजा मिलेगा ना सर जी, तुसी पासपोर्ट रिक्वेस्ट जेडी है ना चंडीगढ़ या फिर जलंधर दे विच अपना पासपोर्ट सबमिट करन जाओगे अलोंग विद सम मनी, इहदे च करीब 1200 या 1400 रुपए लगणगे तुहाडे, एंड फिर ओ तुहानू पासपोर्ट दे उत्ते स्टिकर लगा के ओ तुहानू पासपोर्ट वापस ब्लू डार्ट दे राही तुहाडे कोरियर कर देणगे। ठीक है जी, ਜਿਵੇਂ ਆਪਾਂ ਫਿੰਗਰਪ੍ਰਿੰਟਿੰਗ ਕਰਨ ਜਾਂਦੇ ਆ ਨਾ ਆਫਟਰ ਸਬਮਿਟਿੰਗ ਆਵਰ ਫਾਈਲ, ਹਾਂਜੀ ਹਾਂਜੀ ਸੇਮ ਦੇ ਨਾਲ ਇਸ ਤਰੀਕੇ ਨਾਲ ਆਪਾਂ ਪਾਸਪੋਰਟ ਸਬਮਿਟ ਕਰਨਾ ਪਏਗਾ, ਅਦਰਵਾਈਜ਼ ਯੂ ਵੋਂਟ ਬੀ ਏਬਲ ਟੂ ਫਲਾਈ ਕਿਉਂਕਿ ਬਿਨਾਂ ਸਟicker ਤੋਂ ਤੁਸੀਂ ਫਲਾਈ ਨਹੀਂ ਕਰ ਪਾਓਗੇ। ਹਾਂ ਹਾਂ ਠੀਕ ਹੈ ਜੀ, ਠੀਕ ਹੈ। ਸੋ ਇਸ ਕਰਕੇ ਜਿਸ ਬੰਦੇ ਦਾ ਵੀਜ਼ਾ ਲੱਗ ਜਾਂਦਾ ਹੈ ਉਹਨੂੰ ਪਾਸਪੋਰਟ ਦੀ ਰਿਕੁਐਸਟ ਦੇਣੀ ਆਂਦੀ ਆਂਦੀ ਹੈ ਔਰ ਉਹਨੂੰ ਪਾਸਪੋਰਟ ਸਬਮਿਟ ਕਰਨਾ ਹੀ ਪੈਂਦਾ ਹਰ ਹਾਲ ਚ। ਅਸਲ ਚ ਐਕਚੁਅਲੀ ਕਮਲ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਭਈ ਆਇਆ ਕਿਸ ਤਰ੍ਹਾਂ। ਸਰ 2 ਦਿਨ ਦੇ ਵਿੱਚ ਮੈਂ ਸੁਣਦਾ ਹੁੰਦਾ ਸੀ, ਕਈ ਵਾਰ ਗਿਆ 2 ਦਿਨ 'ਚ ਬੜੇ ਬਥੇਰੇ ਯੂਟਿਊਬ ਸੁਣੇ, ਬਟ ਮੈਂ ਕਿਹਾ ਯਾਰ ਝੂਠ ਬੋਲਦੇ ਨੇ, 2 ਦਿਨ 'ਚ ਤਾਂ ਕੋਈ ਵੀਜ਼ਾ ਆ ਹੀ ਨਹੀਂ ਸਕਦਾ ਹੈਗਾ, ਇਮੀਗ੍ਰੇਸ਼ਨ ਆਫਿਸ ਨੂੰ ਟਾਈਮ ਚਾਹੀਦਾ ਪੜ੍ਹਨ ਦੇ ਲਈ ਕਿ ਉਹਨਾਂ ਨੇ ਲਿਖਿਆ ਕੀ ਹੈ ਵਿੱਚ ਪਾਇਆ ਕੀ ਉਹਨਾਂ ਦੇ ਉਹਦੇ ਵਿੱਚ। ਬਟ ਤੁਹਾਨੂੰ ਇੱਕ ਸੀਕਰੇਟ ਤੁਹਾਨੂੰ ਹੋਰ ਵੀ ਦੱਸ ਦੇਈਏ, ਜੇ ਤੁਸੀਂ ਸੀਕਰੇਟ ਇੱਕ ਸੀਕਰੇਟ ਹੋ ਦੇ, ਤੁਹਾਡੀ ਐਪਲੀਕੇਸ਼ਨ ਹੈੱਡਕੁਆਰਟਰ ਤੋਂ ਪਾਸ ਹੋਈ ਹੈ ਕੈਨੇਡਾ ਤੋਂ। ਅੱਛਾ ਜੀ, ਹੈੱਡਕੁਆਰਟਰ ਮਤਲਬ ਸਰ ਮਤਲਬ ਕਿ ਇਹ ਸਾਰੇ ਜਿਹੜੇ ਵੀਜ਼ਾ ਦਾ ਜਿਹੜਾ ਸਾਰਾ ਜਿੰਨੀ ਵੀ ਅੰਬੈਸੀਆਂ ਬਣੀ ਨਾ, ਜਿੰਨੀ ਹਾਈ ਕਮਿਸ਼ਨ ਅੰਬੈਸੀਆਂ ਬਣੀਆਂ ਆਲ ਓਵਰ ਦੀ ਵਰਲਡ, ਇਹ ਸਾਰਾ ਦਾ ਹੈੱਡਕੁਆਰਟਰ ਓਟਾਵਾ ਜਿਹੜਾ ਕੈਪੀਟਲ ਹੈ ਕੈਨੇਡਾ ਦੀ, ਉੱਥੋਂ ਕੰਟਰੋਲ ਹੁੰਦਾ ਹੈ ਸਾਰਾ। ਸੋ ਕੁਛ ਆਫਿਸਰ ਸਾਰੀ ਕੰਟਰੀਆਂ 'ਚ ਬੈਠੇ ਹੋਏ ਆ, ਕੁਛ ਆਫਿਸਰ ਕੈਨੇਡਾ ਬੈਠੇ ਆ, ਕੁਛ ਹੈੱਡਕੁਆਰਟਰ 'ਤੇ ਬੈਠੇ ਆ, ਅਤੇ ਹੈੱਡਕੁਆਰਟਰ ਵਾਲੇ ਵੀ, ਕਿਉਂਕਿ ਔਨਲਾਈਨ ਐਪਲੀਕੇਸ਼ਨ ਹੈ, ਔਨਲਾਈਨ ਦਾ ਇਹ ਨਹੀਂ ਪਤਾ ਕਿ ਕੌਣ ਇਸ ਐਪਲੀਕੇਸ਼ਨ ਨੂੰ ਚੱਕੂਗਾ, ਕੌਣ ਕਰੇਗਾ, ਕਿਉਂਕਿ ਉਹਨਾਂ ਦੀ ਇੱਕ ਡਿਪੈਂਡਿੰਗ ਔਨ ਦਾ ਅਵੇਲੇਬਿਲਿਟੀ ਫਿਰ ਉਹ ਚੈੱਕ ਕਰਦੇ ਆ। ਸੋ ਯੂ ਨੈਵਰ ਨੋ ਕਿ ਐਪਲੀਕੇਸ਼ਨ ਤੁਹਾਡੀ ਡਾਕੂਮੈਂਟਸ, ਪਹਿਲੀ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਤੁਹਾਡੇ ਡਾਕੂਮੈਂਟਸ ਬਹੁਤ ਹੀ ਅਵਲ ਦਰਜੇ ਦੇ ਡਾਕੂਮੈਂਟਸ ਹੈ, ਮਤਲਬ ਹਾਈ ਕਲਾਸ ਡਾਕੂਮੈਂਟਸ ਹੈ, ਤੁਹਾਡਾ ਐਕਸਪੀਰੀਅੰਸ ਬੋਲਦਾ ਹੈ, ਤੁਸੀਂ ਦੁਨੀਆ ਭਰ ਦੀ ਸੈਰ ਕਰ ਚੁੱਕੇ ਹੋ, ਤੁਸੀਂ ਸਿੰਗਾਪੁਰ ਮੇਰੇ ਖਿਆਲ ਇੱਕ ਲੈਬਨਾਨ ਜਾਂ ਇਲੀਬੀਆ ਸਮਥਿੰਗ ਇੱਕ ਦੋ ਕੰਟਰੀ 'ਚ ਤੁਸੀਂ ਕੰਮ ਕਰ ਚੁੱਕੇ ਹੋ, ਤੁਹਾਡੇ ਕੋਲ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਹੈ, ਸੋਲਿਡ ਐਕਸਪੀਰੀਅੰਸ ਹੈ। ਚੌਥਾ,
ਜੋ ਤੁਸੀਂ ਆਪਣੇ ਗੋਲਡ ਮੈਡਲ ਵਾਲਾ ਤੁਸੀਂ ਲੈ ਚੁੱਕੇ ਹੋ ਆਟੋਮੋਟਿਵ ਰੈਕਗਨਾਈਜ਼ੇਸ਼ਨਸ ਜਿੰਨੀਆਂ ਵੀ ਨੇ ਅਵਾਰਡਸ ਜਿੰਨੇ ਵੀ ਨੇ ਦੈਟਸ ਰਾਈਟ ਉਹ ਵੀ ਲਗਾਈਆਂ ਸੀ ਨਾਲ ਉਹ ਵੀ ਲਗਾਈ ਸੀ ਨਾਲ ਸਰ ਤੁਹਾਡੀ ਪੂਰੀ ਪੂਰੀ ਜਨਮ ਕੁੰਡੀ ਲਗਾਈ ਹੈ ਤੁਸੀਂ ਕਿੱਥੋਂ ਤੁਸੀਂ ਸ਼ੁਰੂ ਕੀਤਾ ਕਿੱਥੋਂ ਤੁਸੀਂ ਕੰਮ ਸਿੱਖਿਆ ਕਿਤੀ ਤੁਹਾਡੀ ਸੈਲਰੀ ਹੈ ਸਾਰਾ ਲਾਇਆ ਮੈਂ ਅਤੇ ਜੋ ਜੋ ਤੁਸੀਂ ਅਵਾਰਡ ਲਿੱਤੇ ਮੇਰੇ ਖਿਆਲ ਤੁਹਾਡੀ ਅਵਾਰਡ ਦੇ ਹੀ 10-15 ਪੇਜ ਦੀ ਅਤੇ ਮੇਰੇ ਖਿਆਲ ਅਵਾਰਡ ਦਾ ਹੈ ਤੁਹਾਡੇ ਕੋਲ ਲਿਸਟ ਅਤੇ ਤੀਸਰੀ ਚੀਜ਼ ਹੈ ਜੋ ਤੁਹਾਡੀ ਤਨਖਾਹ ਮਿਲ ਰਹੀ ਹੈ 50,000 ਤੁਸੀਂ ਆਲਰੇਡੀ ਤਨਖਾਹ ਲੈ ਰਹੇ ਹੋ ਇਸ ਵਕਤ ਦੈਟ ਇਜ਼ ਅ ਗੁੱਡ ਸੈਲਰੀ ਫੋਰ ਆਟੋ ਯੂ ਨੋ ਆਟੋ ਮਕੈਨਿਕ ਰਾਈਟ ਨਾਓ ਸੋ ਇਹ ਸਾਰੇ ਐਕਸਪੀਰੀਅੰਸ ਬੋਲਦਾ ਫਿਰ SINP ਦੀ ਪ੍ਰੋਫਾਈਲ ਹੈ ਬਿਲਕੁਲ 1 ਪੁਆਇੰਟ ਤੋਂ ਲੈ ਕੇ ਤੁਸੀਂ ਰਹਿ ਜਾਓਗੇ ਅਦਰਵਾਈਜ਼ ਤੁਹਾਨੂੰ SINP ਨਹੀਂ ਮਿਲੇਗੀ ਸੋ ਇਹ ਸਾਰੇ ਫੈਕਟਰਸ ਨੂੰ ਕੰਟਰੀਬਿਊਟ ਕਰਕੇ ਮਤਲਬ ਉਹਨਾਂ ਨੂੰ ਫਾਈਲ ਜੱਚ ਗਈ ਅਤੇ ਉਹਨਾਂ ਨੇ ਤੁਹਾਨੂੰ ਦਿੱਤਾ ਐਂਡ ਦ ਰਿਜ਼ਲਟ ਇਜ਼ ਇਨ ਫਰੰਟ ਆਫ ਯੂ ਪਰ ਦੂਸਰੀ ਮਿਹਨਤ ਹਰਵਿੰਦਰ ਸਿੰਘ ਦੀ ਹੈ ਕਿਉਂਕਿ ਇਹਨਾਂ ਨੇ ਡਾਕੂਮੈਂਟ ਮੈਨੂੰ ਦਿੱਤੇ ਆ ਅਦਰਵਾਈਜ਼ ਇਹਨਾਂ ਨੇ ਅਗਰ ਡਾਕੂਮੈਂਟ ਮੈਨੂੰ ਨਹੀਂ ਦੇਣੇ ਸੀ ਤਾਂ ਵਟ ਵੁੱਡ ਆਈ ਹੈਵ ਡੂ ਆਈ ਵੁੱਡ ਬੀ ਨਥਿੰਗ ਵਿਦਆਊਟ ਹਿਮ ਸੋ ਇਹਦੇ ਵਿੱਚ ਸਾਰੇ ਦਾ ਸੰਯੋਗ ਹੈ ਅਤੇ ਉੱਪਰ ਵਾਲੇ ਦੀ ਕਿਰਪਾ ਹੈ ਅਤੇ ਤੁਸੀਂ ਹੁਣ ਜੋ ਵੀ ਆਪਣਾ ਕੰਮ ਤੁਸੀਂ ਮੈਨੂੰ ਪਤਾ ਹੈ ਤੁਹਾਡੇ ਜਿਵੇਂ ਤੁਸੀਂ ਸ਼ਾਇਦ ਟ੍ਰੇਨਿੰਗ ਕਰ ਰਹੇ ਸੀ ਉਹ ਆਪਣੀ ਇਮੀਡੀਏਟਲੀ ਸੈਸਕੈਚੁਆਨ ਅਪ੍ਰੈਂਟਿਸ਼ਨ ਟ੍ਰੇਡ ਜੋ ਬੋਰਡ ਹੈ ਜਿੱਥੇ ਉਹ ਜਿਹਨੇ ਇਨਵੀਟੇਸ਼ਨ ਦਿੱਤਾ ਹੈ ਉਹਨਾਂ ਨੂੰ ਤੁਸੀਂ ਈਮੇਲ ਦੇ ਦਿਓ ਅੱਜ ਨਹੀਂ ਮਤਲਬ ਕੱਲ੍ਹ ਪਰਸੋਂ ਕਰ ਦੇਣਾ ਔਨ ਦ ਮੰਡੇ ਕਿ ਮੇਰਾ ਪਾਸਪੋਰਟ ਰਿਕੁਐਸਟ ਆ ਗਿਆ ਅਤੇ ਆਈ ਵਿਲ ਬੀ ਕਮਿੰਗ ਅਤੇ ਜ਼ਰੂਰ ਤੁਸੀਂ ਜਾਓ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਜਾ ਕੇ ਤੁਸੀਂ ਆਪਣਾ ਇਸ ਐਗਜ਼ਾਮੀਨੇਸ਼ਨ ਨੂੰ ਫਤਿਹ ਕਰੋ ਅਤੇ ਕਰੋਗੇ ਫਿਰ ਤੁਹਾਨੂੰ PNP ਮਿਲੇਗੀ ਅਤੇ ਸਾਰੇ ਪਰਿਵਾਰ ਨੂੰ ਲੈ ਕੇ ਤੁਸੀਂ PR ਹੋ ਜਾਓਗੇ ਇੱਕ ਮੈਂ ਗੱਲ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜਾ ਮੈਂ ਉਸ ਉਹਨਾਂ ਨੂੰ ਵੀ ਕਿਹਾ ਸੀ ਪਹਿਲੇ ਵਾਲੇ ਜਿਹੜੇ ਪਾਸ ਹੋਏ ਸੀ ਰੈੱਡ ਸੀਲ ਵਾਲੇ ਕਿ ਆਹ ਜਿਹੜਾ ਟੈਸਟ ਹੈ ਈਜ਼ੀ ਟੈਸਟ ਨਹੀਂ ਹੈ ਇਸ ਟੈਸਟ ਦੀ ਤੁਹਾਨੂੰ ਤਿਆਰੀ ਕਰਨੀ ਚਾਹੀਦੀ ਔਨਲਾਈਨ ਜੇ ਟਿਊਟੋਰੀਅਲ ਮਿਲਦਾ ਹੈ ਉੱਥੇ ਜਾ ਕੇ ਤੁਸੀਂ ਪੜ੍ਹ ਲਓ ਪਹਿਲਾਂ ਦੇਖ ਲਓ ਯੂ ਹੈਵ ਟੂ ਸਟੱਡੀ ਹਾਰਡ ਕਿਉਂਕਿ ਇੱਦਾਂ ਨਾ ਹੋਏ ਕਿ ਤੁਸੀਂ ਜਾਓ ਅਤੇ ਐਗਜ਼ਾਮੀਨੇਸ਼ਨ ਫੇਲ ਕਰ ਜਾਓ ਐਗਜ਼ਾਮੀਨੇਸ਼ਨ ਇਜ਼ ਰਿਟਨ ਐਂਡ ਓਰਲ ਸਮਟਾਈਮਸ ਯੂ ਨੋ ਜਿਹੜਾ ਡੈਮੋ ਕਰਕੇ ਉਹ ਫਿਜ਼ੀਕਲ ਦੇਖਦੇ ਆ ਸ਼ਾਇਦ ਸੋ ਉਹਦੇ ਲਈ ਤਿਆਰੀ ਕਰਕੇ ਜਾਓ ਮੈਂ ਚਾਹੁੰਦਾ ਕਿ ਤੁਸੀਂ ਜਾਓ ਯੂ ਆਰ ਅ ਕੁਆਲੀਫਾਈਡ ਪਰਸਨ ਯੂ ਆਰ ਯੂ ਨੋ ਐਕਸਪਰਟ ਇਨ ਯੋਰ ਫੀਲਡ ਪਰ ਐਗਜ਼ਾਮ ਫੇਲ ਨਾ ਹੋ ਜਾਏ ਕਿਉਂਕਿ ਇਹ ਸਾਰਾ ਕੀ ਇੱਕ ਰਹਿਤੇ ਪਾਣੀ ਫਿਰ ਜਾਏਗਾ ਫਿਰ ਤੁਹਾਨੂੰ ਫਿਰ ਦੁਬਾਰਾ ਜਾਣਾ ਪਏਗਾ ਦੈਰ ਯੂ ਵਿਲ ਵੇਸਟ ਮੋਰ ਮਨੀ ਸੋ ਇਟ ਇਜ਼ ਪੁਆਇੰਟਲੈਸ ਸੋ ਇੱਕ ਚੀਜ਼ ਹੋਰ ਹੈ ਆਖਰੀ ਚੀਜ਼ ਹੈ ਜੋ ਮੈਂ ਵੀਜ਼ਾ ਅਫਸਰ ਨੂੰ ਮੈਂ ਲਿਖੀ ਹੋਈ ਆਪਣੇ ਵੱਲੋਂ ਲਿਖੀ ਹੋਈ ਹੈ ਕਿ ਮੇਰਾ ਇਹ ਪ੍ਰੋਮਿਸ ਹੈ ਵੀਜ਼ਾ ਅਫਸਰ ਨੂੰ ਮੈਂ ਲਿਖਿਆ ਹੋਇਆ ਮੇਰਾ ਪ੍ਰੋਮਿਸ ਹੈ ਕਿ ਇਹ ਮੇਰਾ ਕਲਾਇੰਟ ਹੈ ਵਾਪਸ ਆਏਗਾ ਅਤੇ ਇੱਦਾਂ ਨਾ ਹੋ ਕਿ ਤੁਹਾਨੂੰ ਲਾਲਚ ਆ ਜਾਏ ਤੁਸੀਂ ਮੁੜੋ ਨਾ ਇਟ ਵਿਲ ਡਿਸਟਰੋਏ ਮਾਈ ਕ੍ਰੈਡੀਬਿਲਿਟੀ ਸੋ ਜਾਓ ਤੁਸੀਂ ਤੁਹਾਨੂੰ ਵੀਜ਼ਾ 5 ਸਾਲ ਦਾ ਮਿਲੇਗਾ ਆਈ ਥਿੰਕ ਕਿਉਂਕਿ ਤੁਹਾਡਾ ਪਾਸਪੋਰਟ ਖਤਮ ਹੋ ਰਿਹਾ 2024 ਰਾਈਟ ਸੋ ਤੁਹਾਨੂੰ 4 ਸਾਲ ਦਾ ਵੀਜ਼ਾ ਮਿਲੇਗਾ ਮਲਟੀਪਲ ਵੀਜ਼ਾ ਹੋਏਗਾ ਅਤੇ ਤੁਸੀਂ ਜਿੰਨੀ ਵਾਰ ਜਾਣਾ ਹੈ ਤੁਸੀਂ ਜਾ ਸਕਦੇ ਹੋ ਯੂ ਕੈਨ ਡੂ ਦਿਸ ਐਂਡ ਬਟ ਆਈ ਵੁੱਡ ਵਾਂਟ ਯੂ ਟੂ ਗੋ ਦੇਅਰ ਸਪੈਂਡ ਅਬਾਊਟ ਮੇਬੀ 1 ਵੀਕ ਔਰ 2 ਵੀਕਸ ਜਿਹੜਾ ਉਹਦੇ ਵਿੱਚ ਆਪਾਂ ਲਿਖਿਆ ਸੀ 19 ਤਰੀਕ ਨੂੰ ਆਵਾਂਗੇ ਤੇ ਚਾਹਾਂਗੇ ਉਸੇ ਡੇਟ ਦੇ ਵਿੱਚ ਮੈਨੂੰ ਰਿਟਰਨ ਹੋਣਾ ਪੈਣਾ ਨਾ I prefer that you return in that field. Haan ji, haan ji. Main likha hua hai ki tusi ek hafte liye ja rahe ho. Okay. Ek hafta 10 din hai. Te usse time di ticket book karao. Te usse time vich ja ke us time wapas aao. Te tuhade kol thoda tusi utthe ja rahe ho na Regina? Regina, haan ji. Haan ji, haan ji. Jaoge tuhanu hor vi utthe bande milenge, especially apne Indian population bahut milegi. Tusi ja ke apne hor vi jehde ਆਟੋਮੋਟਿਵ ਡੀਲਰਸ ਨੇ ਆਟੋਮੋਟਿਵ ਮਕੈਨਿਕਸ ਨੇ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਨੋਟ ਲੁਕਿੰਗ ਫੋਰ ਅ ਜੋਬ ਬਟ ਯੂ ਨੋ ਜਸਟ ਟੂ ਸੇ ਹੈਲੋ ਵਨ ਇੰਟਰੋਡਕਸ਼ਨ ਸੇਲੇ ਹਾਏ ਜਾ ਕੇ ਗੱਲਬਾਤ ਕਰ ਸਕਦੇ ਦੇਖ ਸਕਦੇ ਹੋ ਕਿ ਕੀ ਕਿੱਦਾਂ ਲੋਕ ਕਰਦੇ ਜਿਹੜੇ ਹੋਰ ਲੋਕ ਕੰਮ ਜਿਹੜੇ ਪੰਜਾਬੀ ਲੋਕ ਕੰਮ ਕਰ ਰਹੇ ਆ ਜਿਹੜੇ ਆਟੋਮੋਟਿਵ ਦਾ ਕੰਮ ਕਰ ਰਹੇ ਉਹਨਾਂ ਨਾਲ ਵੀ ਤੁਸੀਂ ਇੰਟਰੋਡਕਸ਼ਨ ਕਰ ਸਕਦੇ ਹੋ ਅਤੇ ਮੁੜ ਕੇ ਵਾਪਸ ਆਓ SINP ਜਿੱਤ ਕਰ ਆਓ ਤੁਸੀਂ ਰੈੱਡ ਸੀਲ ਜੇ ਲੈ ਕਰ ਆਓ ਉਸ ਰੈੱਡ ਸੀਲ ਦਾ ਸਰਟੀਫਿਕੇਟ ਪਾਸ ਕਰਕੇ ਆਓ ਵਾਪਸ ਆਓ ਲੁਧਿਆਣੇ ਆਓ SINP ਪ੍ਰੋਫਾਈਲ ਨੂੰ ਐਡ ਕਰੋ SINP ਤੁਹਾਨੂੰ ਇੱਕ ਨੋਮੀਨੇਸ਼ਨ ਦੇਗੀ ਵਿਦਇਨ 3-4 ਮੰਥਸ ਹੋਪਫੁਲੀ ਅਤੇ ਸਾਰੇ ਪਰਿਵਾਰ ਨੂੰ ਤੁਸੀਂ ਫਿਰ PNP ਦੇ ਥਰੂ ਤੁਸੀਂ PR ਫਾਈਲ ਵਿਦਇਨ ਇੰਡੀਆ ਕਰੋਗੇ ਸੋ ਡੋਂਟ ਮੇਕ ਦ ਮਿਸਟੇਕ ਆਫ ਕਿ ਉੱਥੇ ਕੈਨੇਡਾ ਜਾ ਰਹੇ ਹਾਂ ਆਪਾਂ ਇੱਕ ਵਾਰ ਚਲੇ ਗਏ ਜੇ ਉੱਥੇ ਮੁੜਦਾ ਨਹੀਂ ਇੰਡੀਆ ਆ ਕੇ ਵਾਪਸ ਲੁਧਿਆਣੇ ਆ ਕੇ PR ਦੀ ਫਾਈਲ SINP ਦੇ ਥਰੂ PR ਲੈ ਕੇ ਫਿਰ ਸ਼ਾਨ ਨਾਲ ਤੁਸੀਂ PR ਦਾ ਵੀਜ਼ਾ ਲੈ ਕੇ ਜਾਓ ਦਿਸ ਇਜ਼ ਮਾਈ ਓਨਲੀ ਐਡਵਾਈਸ ਟੂ ਯੂ ਲਾਸਟ ਯੂ ਨੋ ਪਾਰਟਿੰਗ ਐਡਵਾਈਸ ਹੋਰ ਕੋਈ ਅਗਰ ਸਵਾਲ ਹੈ ਹਾਂਜੀ ਹਾਂਜੀ ਹਰਮਨ ਸਰ ਨਾਲ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਹੈ ਤਾਂ ਪਤਾ ਨਹੀਂ ਬਹੁਤ ਜ਼ਿਆਦਾ ਸ਼ੋਰ ਸੀਗੇ ਫਸਟ ਡੇ ਤੋਂ ਹੀ ਮੈਨੂੰ ਇਹ ਸੀ ਵੀ ਚਲੋ ਯਾਰ ਇਹ ਮਤਲਬ ਵੀਜ਼ਾ ਐਪਲੀਕੇਸ਼ਨ ਲਗਾਉਂਦੇ ਨੇ ਬੰਦੇ ਤਾਂ ਇਹ ਤਾਂ ਸ਼ੋਰ ਆਲਰੇਡੀ ਹੋਣਗੇ
ਦੇਖੋ ਕਮਲ ਜੀ, ਤੁਹਾਡੀ ਕਾਰਗੁਜ਼ਾਰੀਆਂ ਜਿਹੜੀਆਂ ਨਾ ਇਸ ਫੀਲਡ ਦੇ ਵਿੱਚ ਉਹ ਆਊਟਸਟੈਂਡਿੰਗ ਨੇ। ਮਤਲਬ ਕਿ ਤੁਹਾਡੇ ਸਾਰੇ ਤੁਹਾਡੇ ਜਿਹੜੇ ਰਿਕਾਰਡਸ ਨੇ, ਜਿਹੜੀਆਂ ਤੁਹਾਡੀਆਂ ਫੋਟੋਗ੍ਰਾਫਸ ਨੇ, ਉਹ ਸਭ ਬੋਲਦੀਆਂ ਨੇ ਵੀ ਕਿੰਨੀਆਂ ਪੁਰਾਣੀਆਂ ਔਰ ਕਿੰਨੀਆਂ ਨਵੀਆਂ। ਐਂਡ ਇਟ ਇਜ਼ ਲਾਈਕ ਫੁੱਲ ਆਫ ਯੂਅਰ ਅਵਾਰਡਸ ਓਨਲੀ। ਫੋਟੋਗ੍ਰਾਫਸ ਹਰ ਜਗ੍ਹਾ ਤੇ ਫੋਟੋਗ੍ਰਾਫਸ ਤੁਹਾਡੀ ਅਵੇਲੇਬਲ ਨੇ। ਯੂ ਆਰ ਗੈਟਿੰਗ ਪ੍ਰਾਈਜ਼ ਫਰੋਮ ਦ ਟੀਮ ਕਹਿ ਲਓ, ਜਾਂ ਤੁਸੀਂ ਰੈਕਗਨਾਈਜੇਸ਼ਨਸ ਕਹਿ ਲਓ, ਜਾਂ ਜਿਹੜੇ ਸੋਵਿਨਰਸ ਹੁੰਦੇ ਨੇ ਉਹ ਕਹਿ ਲਓ। ਸੋ ਦਿਸ ਇਜ਼ ਵਾਟ ਇਟ ਸਪੀਕਸ। ਬਾਕੀ ਤੁਹਾਡਾ ਐਕਸਪੀਰੀਅੰਸ ਹੀ ਇੰਨਾ ਅੱਛਾ ਸੀਗਾ ਜਿਹੜਾ ਕਿ ਕਾਗਜ਼ਾਂ ਦੇ ਵਿੱਚ ਬੋਲਦਾ ਸੀ ਅਸ਼ੋਕ ਲੈਲੈਂਡ ਦਾ ਐਂਡ ਕਮਲ ਆਪਣੀ ਈਮੇਲ ਖੋਲ ਕੇ ਦੇਖ ਲਓ, ਅਗਰ ਤੁਹਾਨੂੰ ਥੋੜਾ ਜਿਹਾ ਈਮੇਲ ਆਪਣੀ ਖੋਲ ਕੇ ਦੇਖੋ, ਦੂਸਰੇ ਜਾਂ ਫੋਨ ਤੇ ਜਾਂ ਕੰਪਿਊਟਰ ਤੇ, ਇਸ ਤੇ ਮਤਲਬ ਈਮੇਲ ਆ ਗਈ ਤੁਹਾਡੇ। ਹਾਂਜੀ ਹਾਂਜੀ, ਈਮੇਲ ਤੇ ਦੇਖੋ ਅਟੈਚਮੈਂਟ ਕਾਫੀ ਲਿਖੇ ਹੋਏ ਆ, ਅਟੈਚਮੈਂਟ ਖੋਲ ਕੇ ਦੇਖੋ ਜਰਾ। ਮੈਨੂੰ ਲੱਗ ਰਿਹਾ ਤੁਹਾਨੂੰ ਯਕੀਨ ਜ਼ਿਆਦਾ ਹੁਣ ਵੀ ਨਹੀਂ ਹੋ ਰਿਹਾ, ਈਮੇਲ ਖੋਲ ਕੇ ਦੇਖੋ ਸਾਰੇ। ਹਾਂਜੀ ਹਾਂਜੀ, ਇਸ ਤੇ ਅਟੈਚਮੈਂਟ ਹੈਗੀ, ਕਾਫੀ ਕੁਝ ਹੈ, 3-4 ਡਾਕੂਮੈਂਟਸ ਹੈ। ਹਾਂਜੀ ਹਾਂਜੀ, ਕਲੀਅਰ ਹੋ ਰਿਹਾ, ਤੁਹਾਡਾ ਨਾਮ ਲਿਖਿਆ ਨਾ ਉਹਦੇ ਵਿੱਚ ਕਿ ਨਹੀਂ? ਇੱਕ ਮਿੰਟ ਸਰ, ਖੁੱਲ ਰਿਹਾ ਜੀ, ਓਪਨ ਹੋ ਰਿਹਾ। ਹਾਂਜੀ ਲਿਖਿਆ ਜੀ, ਕਮਲਦੀਪ, ਵੈਲਿਡਿਟੀ ਆਫ ਯੂਅਰ ਬਾਇਓਮੈਟ੍ਰਿਕ ਇਨਫੋਰਮੇਸ਼ਨ। ਅੱਛਾ, ਇਹ ਵੈਲਿਡਿਟੀ ਬਾਇਓਮੈਟ੍ਰਿਕ ਹੈ। ਕਮਲ ਜੀ ਕੋਈ ਗੱਲ ਨਹੀਂ, ਤੁਸੀਂ ਤੁਸੀਂ ਕੱਲ ਸੰਪਰਕ ਕਰ ਲੈਣਾ ਮੈਨੂੰ, ਮੈਂ ਤੁਹਾਡਾ ਹਾਂਜੀ ਮਿਸ਼ਨ ਵਿੱਚ ਵੀ ਹੈਲਪ ਕਰ ਦੂੰਗਾ, ਡੋਨਟ ਵਰੀ। ਠੀਕ ਹੈ, ਠੀਕ ਹੈ ਸਰ, ਠੀਕ ਹੈ। ਨਹੀਂ, ਚਾਰ ਪੰਜ ਡਾਕੂਮੈਂਟਸ ਹੈ ਜਿਹੜੇ ਅਟੈਚ ਹੋਏ ਹੈ, ਉਹਦੇ ਵਿੱਚ ਤੁਹਾਡਾ ਨਾਮ ਵੀ ਲਿਖਿਆ ਹੋਇਆ ਹੈ, ਤੁਹਾਡੀ ਪ੍ਰੋਫਾਈਲ ਵੀ ਲਿਖੀ ਹੋਈ ਹੈ, ਤੁਹਾਡਾ UCI ਨੰਬਰ ਸਭ ਲਿਖਿਆ ਹੋਇਆ ਹੈ। ਸੋ ਮਤਲਬ ਪਾਸਪੋਰਟ ਰਿਕੁਆਇਰਮੈਂਟ। ਹਾਂਜੀ ਹਾਂਜੀ, ਆਇਆ ਹੈ ਰਿਕੁਆਇਰਮੈਂਟ, ਸਭ ਕੁਝ ਲਿਖਿਆ ਹੋਇਆ ਹੈ। ਤੇ ਆਹੀ ਲੈਟਰ ਨਾਲ ਲੈ ਕੇ ਜਾਣੀ ਹੈ, ਇਹਦੀ ਪ੍ਰਿੰਟ ਆਊਟ, ਤਿੰਨੋਂ ਲੈਟਰਾਂ ਲੈ ਕੇ ਆਣੀ ਪੈਣੀ ਹੈ। ਜਿਹੜਾ ਇੱਕ ਲੈਟਰ ਲਿਖਿਆ ਜਿਹਦੇ ਵਿੱਚ ਲਿਖਿਆ ਹੈ ਯੂ ਐਪਲੀਕੇਸ਼ਨ ਇਜ਼ ਅਪਰੂਵਡ, ਤੁਸੀਂ ਇਹਨਾਂ ਕੋਲ ਹਰਮਿੰਦਰ ਸਿੰਘ ਕੋਲ ਆ ਜਾਣਾ, ਇਹ ਤੁਹਾਨੂੰ ਹੈਲਪ ਕਰ ਦੂੰਗਾ ਸਰ, ਤੁਹਾਡੀ ਡੋਨਟ ਵਰੀ। ਠੀਕ ਹੈ, ਠੀਕ ਹੈ ਸਰ, ਠੀਕ ਹੈ। ਤੇ ਮੇਰੇ ਖਿਆਲ ਕੱਲ ਤੇ ਬੰਦ ਹੈ, ਬੰਦ ਹੋ ਗਿਆ ਮੇਰੇ ਖਿਆਲ, ਮੰਡੇ ਕੱਲ ਖੁੱਲਿਆ, ਸ਼ਨੀਵਾਰ ਨੂੰ ਖੁੱਲਾ ਹੁੰਦਾ ਵੀ ਆਫਿਸ? ਨਹੀਂ ਸਰ, ਸੰਡੇ, ਅੱਜ ਸ਼ਨੀਵਾਰ ਹੋ ਗਿਆ ਨਾ, ਅੱਜ ਸੈਟਰਡੇ ਹੈ ਸਰ, ਕੱਲ ਸੰਡੇ ਹੈ ਸਾਡੇ। ਅੱਛਾ, ਤੇ ਚਲੋ ਮੰਡੇ, ਸੰਡੇ ਵੀ ਆਫਿਸ ਤਾਂ ਬੰਦ ਹੁੰਦਾ ਸਰ, ਲੇਕਿਨ ਹਲਵਾਈ ਦੀ ਦੁਕਾਨ ਜਿਹੜੀ ਉਹ ਖੁੱਲੀ ਹੁੰਦੀ ਹੈ ਕਮਲ ਜੀ। ਹਾਂਜੀ ਹਾਂਜੀ, ਪੱਕਾ ਜੀ, ਪੱਕਾ। ਸੋ 1 ਕੇਜੀ ਸਵੀਟ ਬਾਕਸ ਛਨਾ ਮੁਰਗੀ ਦਾ ਹੈ ਨਾ, ਦੈਟ ਇਜ਼ ਮਾਈ ਫੇਵਰੇਟ ਸਰ, ਆਈ ਹੋਪ ਤੁਹਾਨੂੰ ਵੀ ਪਸੰਦ ਹੋਏਗੀ। ਸਰ ਜੀ ਕਿਸਮਤ ਵਾਲੇ, ਤੁਸੀਂ ਛੇਣਾ ਪੂਰੀ ਖਾ ਸਕਦੇ ਹੋ, ਆਪਾਂ ਤਾਂ ਬੈਠੇ ਠੰਡ 'ਚ ਬੈਠੇ ਹਾਂ, ਇੱਥੇ ਕੈਨੇਡਾ ਬੈਠੇ ਹਾਂ, ਅਸੀਂ ਫਸੇ ਹੋਏ ਹਾਂ, ਮੇਰਾ ਮਨ ਚਾਹ ਕਰਕੇ ਵੀ ਮੈਂ ਛੇਣਾ ਪੂਰੀ ਨਹੀਂ ਖਾ ਸਕਦਾ। ਬਾਕੀ ਛੇਣਾ ਪੂਰੀ ਨਹੀਂ, ਮੈਂ ਹੁਣ ਜਿਹੜਾ ਮੇਰਾ ਫੇਵਰੇਟ ਹੈ, ਦੁਨੀਆਂ ਨੂੰ ਪਤਾ ਹੈ ਕਿ ਮੈਂ ਲੁਧਿਆਣੇ ਜਦ ਵੀ ਜਾਂਦਾ ਤਾਂ ਉਹ ਡੰਡੀ ਸਵਾਮੀ ਮੰਦਿਰ ਦੇ ਸਾਹਮਣੇ ਇੱਕ ਜਿਹੜਾ ਫਰੂਟ ਕਰੀਮ ਹੈ ਉਹ ਜ਼ਰੂਰ ਮੈਂ ਖਾਂਦਾ ਹੁੰਦਾ। ਠੀਕ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਾ, ਮੈਂ ਬੜੇ ਮਤਲਬ ਆਪਣੇ ਹਾਰਟ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦਾ, ਕਿਉਂਕਿ ਮੈਨੂੰ ਤਕਰੀਬਨ 2010 ਦੇ ਵਿੱਚ ਮੈਂ ਅਲਬਰਟਾ 'ਚ ਵੀ ਅਪਲਾਈ ਕੀਤਾ ਸੀਗਾ, ਅਤੇ ਉਦੋਂ ਤੋਂ ਮੈਂ ਅਪਲਾਈ ਕਰਦਾ ਆ ਰਿਹਾ, 10, 11, 12, 13, 14, 15, 16, 17, 18, ਇਹੋ ਜਿਹਾ ਕੋਈ ਈਅਰ ਅਜਿਹਾ ਜਾਂ ਕੋਈ ਮੰਥ ਨਹੀਂ ਆਇਆ ਜਿਹਦੇ ਵਿੱਚ ਕੈਨੇਡਾ ਦਾ ਵਿਜ਼ਨ ਮੇਰੇ ਸਾਹਮਣੇ ਨਾ ਹੋਇਆ ਹੋਵੇ, ਅਤੇ ਬਟ ਅੱਜ ਤੁਸੀਂ ਉਹਨੂੰ ਸਾਕਾਰ ਕੀਤਾ ਸਰ, ਵੈਰੀ ਥੈਂਕ ਯੂ ਸਰ, ਥੈਂਕਸ ਸੋ ਮਚ ਸਰ, ਥੈਂਕਸ ਸੋ ਹਰਮੰਦਰ ਸਰ, ਤੁਹਾਨੂੰ ਵੀ ਬਹੁਤ ਬਹੁਤ ਥੈਂਕ ਯੂ। ਵੈਲਕਮ ਵੈਲਕਮ ਸਰ ਜੀ, ਮੈਨੂੰ ਖੁਸ਼ੀ ਹੈ ਤੁਸੀਂ ਸਕਸੈਸ ਹੋਏ, ਮੈਂ ਤੁਹਾਡੇ ਦੇ ਤੁਹਾਡੀ ਸਕਸੈਸ ਵਿੱਚ ਮੈਂ ਕੁਝ ਛੋਟਾ ਜਿਹਾ ਰੋਲ ਚੰਡੀਗੜ੍ਹ ਵਿੱਚ ਗਿਆ ਸੀਗਾ ਇੱਕ ਦੋ ਵਾਰੀ, ਏਜੰਟ ਲੁਧਿਆਣੇ ਵੀ, ਉਹ ਕਹਿੰਦੇ ਜਿਸ ਹਿਸਾਬ ਨਾਲ ਤੁਹਾਡੀ ਕੁਆਲੀਫਿਕੇਸ਼ਨ ਹੈ ਤੇ ਐਕਸਪੀਰੀਅੰਸ ਹੈ, ਤੁਹਾਡੇ ਲਈ ਕਹਿੰਦੇ ਜਾਪਾਨ ਬਣਿਆ, ਕੈਨੇਡਾ ਨਹੀਂ ਬਣਿਆ, ਮਤਲਬ ਮੇਰਾ ਉਹਨਾਂ ਨੇ ਮਜ਼ਾਕ ਉਡਾਇਆ ਜੀ, ਉਹਨਾਂ ਨੇ ਮੇਰਾ ਮਜ਼ਾਕ ਉਡਾਇਆ, ਤੇ ਮੈਂ ਫਿਰ ਮਤਲਬ ਬਿਨਾਂ ਕੋਈ ਗੱਲ ਕਰੇ ਵਾਪਸ ਆ ਗਿਆ ਸੀ, ਮੈਂ ਕਿਹਾ ਠੀਕ ਹੈ ਯਾਰ, ਨਹੀਂ ਹੋ ਸਕਦਾ ਨਾ। ਜਿਹਨਾਂ ਨੇ ਤੁਹਾਡਾ ਮਜ਼ਾਕ ਉਡਾਇਆ, ਤੁਸੀਂ ਉਹਨੂੰ ਅਗਲੇ ਹਫਤੇ ਵੀਜ਼ਾ ਜਾ ਕੇ ਦਿਖਾ ਕੇ ਆ ਜਾਣਾ ਕਿ ਦੇਖ ਲਓ ਭਾਈ ਸਾਹਿਬ। ਹੋਪਫੁਲੀ ਦੇ ਵਿੱਚ ਹੀ ਔਨ YouTube, ਬਾਕੀ ਆਪਣੇ ਜਵਾਬ ਮਿਲ ਜਾਏਗਾ ਉਹਨਾਂ ਨੂੰ, ਆਪਣੇ ਪਰਿਵਾਰ ਮੈਂਬਰ, ਆਪਣੀ ਵਾਈਫ ਨੂੰ, ਬੱਚਿਆਂ ਨੂੰ, ਸਾਰੇ ਨੂੰ ਮੇਰੇ ਵੱਲੋਂ ਬੈਸਟ ਵਿਸ਼ਸ ਤੇ ਗੁੱਡ ਬਲੇਸਿੰਗਸ ਫॉर द ਫਿਊਚਰ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਰ, ਥੈਂਕ ਯੂ, ਟੇਕ ਕੇਅਰ, ਓਕੇ, ਬਾਏ ਬਾਏ ਸਰ।